ਨੂੰ ਦੱਸਿਆ ਕਿ 2 ਤੋਂ 2.5 ਕਰੋੜ ਫੀ ਏਕੜ ਦੀ ਆਮਦਨ ਹੈ। ਪਿਛਲੇ ਸਾਲ ਜੈਸੇ ਕਿ 2022 ਗੁਜ਼ਰ ਚੁੱਕਿਆ ਹੈ, ਇਸ ਦੇ ਵਿੱਚ ਲੋਕਾਂ ਨੇ ਸਰ 1 ਏਕੜ ਤੋਂ 6 ਕਰੋੜ ਰੁਪਏ ਵੀ ਕਮਾਇਆ। ਅਸਲਾਮ ਵਾਲੇਕੁਮ ਦੋਸਤੋ, ਉਮੀਦ ਕਰਦਾ ਕਿ ਤੁਸੀਂ ਬਿਲਕੁਲ ਠੀਕ ਠਾਕ ਹੋ ਸੋ। ਅਤੇ ਅੱਜ ਜਨਾਬ ਇੱਕ ਨਵਾਂ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨੇ ਜਾ ਰਹੇ ਹਾਂ। ਜੈਸਾ ਕਿ ਤੁਹਾਨੂੰ ਪਤਾ ਹੈ ਕਿ ਨਵੇਂ ਨਵੇਂ ਆਈਡੀਆਜ਼ ਔਰ ਜ਼ਬਰਦਸਤ ਆਈਡੀਆਜ਼ ਜਿਹੜਾ ਕਿ ਕਿਸਾਨ ਭਾਈਆਂ ਵਾਸਤੇ ਬਹੁਤ ਹੀ ਮੁਫੀਦ ਹੁੰਦੇ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇਸ ਵਾਸਤੇ ਅੱਜ ਫਿਰ ਇੱਕ ਬਹੁਤ ਹੀ ਜ਼ਬਰਦਸਤ ਆਈਡੀਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਔਰ ਇੱਕ ਬੜੇ ਹੀ ਕਾਮਯਾਬ ਫਾਰਮਰ ਦਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਸ ਤਜਰਬੇ ਤੋਂ ਤੁਹਾਨੂੰ ਜ਼ਰੂਰ ਫਾਇਦਾ ਹੋਏਗਾ ਔਰ ਇਹ ਐਸੇ ਫਾਰਮਰ ਨੇ ਜਿਹੜੇ ਕਿ ਇੰਤਹਾਈ ਇੱਕ ਮੈਰਾ ਜਾਂ ਤੁਸੀਂ ਕਹਿ ਲਓ ਕਿ ਰੇਤਲੀ ਜ਼ਮੀਨ ਦੇ ਅੰਦਰ ਰਹਿ ਕੇ, ਰੇਤਲੇ ਇਲਾਕੇ ਦੇ ਅੰਦਰ ਰਹਿ ਕੇ ਉਹ 1 ਏਕੜ ਦੇ ਵਿੱਚੋਂ ਪੂਰੇ 2 ਤੋਂ 2.5 ਕਰੋੜ 7 ਮਹੀਨਿਆਂ ਦੇ ਵਿੱਚ ਕਮਾ। ਠੀਕ ਹੈ, ਪੂਰੀ ਤਫਸੀਲ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਤੇ ਸਭ ਤੋਂ ਪਹਿਲੇ ਬਾਈ ਨਾਲ ਤੁਹਾਡਾ ਤਾਰਫ ਕਰਵਾਉਂਦੇ ਹਾਂ ਅਤੇ ਗੱਲ ਕਰਵਾਉਂਦੇ ਹਾਂ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਠੀਕ ਹੈ ਜੀ, ਅਲਹਮਦੁਲਿਲਾ ਬਿਲਕੁਲ ਠੀਕ ਠਾਕ। ਸਰ ਸਭ ਤੋਂ ਪਹਿਲੇ ਤੁਸੀਂ ਆਪਣਾ ਨਾਮ ਔਰ ਇਲਾਕੇ ਦਾ ਨਾਮ ਦੱਸ। ਸਰ ਮੇਰਾ ਨਾਮ ਮੁਹੰਮਦ ਰਮਜ਼ਾਨ ਹੈ, ਡਿਸਟ੍ਰਿਕਟ ਖੁਸ਼ਾਬ, ਤਹਿਸੀਲ ਨੂਰਪੁਰ, ਗਾਮ ਕਾਮ ਚੱਕ ਨੰਬਰ 29 ਸੰਗੀ ਸੇ ਮੇਰਾ ਤੱਲੇ। ਮਾਸ਼ਾਅੱਲਾ ਜ਼ਬਰਦਸਤ। ਸਰ ਜਿਹੜਾ ਤੁਸੀਂ ਜ਼ਮੀਨ ਦੇ ਵਿੱਚ ਫਸਲ ਉਗਾਈ ਪਏ ਹੋ, ਇਸ ਫਸਲ ਦਾ ਤਾਰਫ ਕਰਵਾ ਦਿਓ। ਸਰ ਇਹਨਾਂ ਦਾ ਇਸਦਾ ਨਾਂ ਹੈ ਨਾਰਕ ਜੀਵਨ। ਠੀਕ ਹੈ, ਤੁਸੀਂ ਨਾਰਕ ਜੀਵਨ ਗੱਡੀ ਪਏ ਹੋ। ਦੋਸਤੋ ਨਾਰਕ ਜੀਵਨ ਦੇ ਹਵਾਲੇ ਨਾਲ ਅੱਜ ਅਸੀਂ ਗੱਲ ਕਰ ਰਹੇ ਹਾਂ, ਇੱਕ ਚੀਜ਼ ਦਾ ਤਾਂ ਤੁਹਾਨੂੰ ਪਤਾ ਚੱਲ ਗਿਆ। ਠੀਕ ਹੈ, ਔਰ ਇੰਤਹਾਈ ਕਾਮਯਾਬ ਫਾਰਮਰ ਨੇ, ਪੂਰੀ ਡਿਟੇਲ ਅਸੀਂ ਇਹਨਾਂ ਕੋਲ ਪੁੱਛਦੇ ਹਾਂ। ਇਹਨਾਂ ਕੋਲ ਸਭ ਤੋਂ ਪਹਿਲੇ ਇਹ ਪੁੱਛਦੇ ਹਾਂ ਕਿ ਨਾਰਕ ਜੀਵਨ ਲਾਣੇ ਦਾ ਇਹਨਾਂ ਨੂੰ ਖਿਆਲ ਕਿਵੇਂ ਆ? ਸਰ ਇਸਦਾ ਖਿਆਲਾਤ ਸਾਨੂੰ ਇਸ ਤਰ੍ਹਾਂ ਹੈ ਕਿ ਅਸੀਂ ਸੋਸ਼ਲ ਮੀਡੀਆ ਦਾ ਚੈੱਕ ਕਰਦੇ ਰਹਿੰਦੇ ਸੀ, ਫੇਸਬੁੱਕ, ਯੂਟਿਊਬ ਵਗੈਰਾ। ਸਾਨੂੰ ਪਤਾ ਲੱਗਿਆ ਇਸਲਾਮਾਬਾਦ NARC ਰਿਸਰਚ ਸੈਂਟਰ, ਡਾਕਟਰ ਹਮਈ ਅਖਤਰ ਸਾਹਿਬ, ਅੱਲਾਹ ਤਾਲਾ ਉਹਨਾਂ ਦੀ ਮਗਰ ਫਰਮਾਏ ਕਿ ਉਹਨਾਂ ਨੇ ਸਰ ਇਹ ਵੀ ਇੱਕ ਮਲਟੀਪਲਾਈ ਕੀਤਾ ਸੀ, ਉਹਨਾਂ ਨੇ ਰਿਸਰਚ ਕੀਤਾ ਸੀ NARC ਨੇ। ਉਹਨਾਂ ਨਾਲ ਅਸੀਂ ਮੁਲਾਕਾਤ ਕੀਤੀ, ਸਾਨੂੰ ਉਸ ਟਾਈਮ 4 ਤੋਂ 5 ਸਾਲ ਪਹਿਲੇ ਉਸ ਟਾਈਮ ਜ਼ਿੰਦਾ ਸੀ, ਸਾਨੂੰ ਉਹਨਾਂ ਨੇ ਇੱਕ ਗਿਫਟ ਦੇ ਤੌਰ 'ਤੇ ਦਿੱਤਾ, ਸਮਝ ਲਓ ਕਿ ਤੁਸੀਂ ਇਹਨੂੰ ਕਾਸ਼ ਕਰੋ। ਉਹ ਹਰ ਫਾਰਮਰ ਨੂੰ ਦੇ ਰਹੇ ਸੀ ਕਿ ਤੁਸੀਂ ਇਹਨੂੰ ਕਾਸ਼ ਕਰੋ। ਸਾਨੂੰ ਇਹ ਆਈਡੀਆ, ਇਹ ਸਾਰਾ ਕੁਝ ਤਰੀਕਾਕਾਰ ਡਾਕਟਰ ਹਮਈਓ ਸਾਹਿਬ ਨੇ ਸਾਨੂੰ ਦਿੱਤਾ ਸੀ। ਠੀਕ ਹੋ ਗਿਆ, ਬਹੁਤ ਜ਼ਬਰਦਸਤ। ਅੱਛਾ, ਤੁਸੀਂ ਨਾਰਕ ਜੀਵਨ ਦੇ ਹਵਾਲੇ ਨਾਲ ਇਸ ਵਾਸਤੇ ਆਏ ਹੋ ਕਿ ਬਾਕੀ ਜਿੰਨੀਆਂ ਵੀ ਫਸਲਾਂ ਨੇ ਜੀ, ਉਹਨਾਂ ਤੋਂ ਹਟ ਕੇ ਇਹਦੇ ਵਿੱਚ ਜ਼ਿਆਦਾ ਕਿਸਾਨ ਭਾਈਆਂ ਨੂੰ ਪ੍ਰੋਫਿਟ ਹੋ, ਇਸ ਵਜ੍ਹਾ ਤੋਂ ਤੁਸੀਂ ਇਸ ਸਾਈਡ 'ਤੇ ਆਏ? ਬਿਲਕੁਲ ਸਰ, ਇਸ ਵਜ੍ਹਾ ਤੋਂ ਆਇਆ। ਤੁਹਾਡਾ ਪਹਿਲਾ ਸਾਲ ਜਦੋਂ ਸੀ, ਕਿਉਂਕਿ ਮੈਨੂੰ ਪਤਾ ਲੱਗਿਆ ਤੁਸੀਂ ਦੱਸ ਰਹੇ ਸੋ ਕਿ ਤੁਸੀਂ ਪਿਛਲੇ 4-5 ਸਾਲਾਂ ਤੋਂ ਕਰ ਰਹੇ ਹੋ, ਤੁਹਾਡਾ ਸਭ ਤੋਂ ਪਹਿਲਾ ਸਾਲ ਇਸ ਫਸਲ ਨੂੰ ਜਦੋਂ ਤੁਸੀਂ ਗੜਨਾ ਸ਼ੁਰੂ ਕੀਤਾ ਉਹ ਸਰ ਕਿਹੜਾ ਸਾਲ ਸੀ? ਇਹ ਸਰ 2018 ਦਾ ਸਾਲ ਸੀ, ਜਿਸ ਟਾਈਮ ਅਸੀਂ ਬੀਜ ਲਿਆ ਡਾਕਟਰ ਹਮਈਓ ਸਾਹਿਬ ਤੋਂ। ਠੀਕ ਹੈ, ਡਾਕਟਰ ਹਮਈਓ ਸਾਹਿਬ ਕੋਲ ਤੁਸੀਂ ਡਾਇਰੈਕਟ ਬੀਜ ਲਿਆ 2018 'ਚ, ਔਰ ਕਿਤਨਾ ਲਾਇਆ ਸੀ ਤੁਸੀਂ, ਕਿਤਨਾ ਬੀਜ ਲਿਆ? ਸਰ ਅਸੀਂ 100 kg ਲਿਆ ਸੀ ਡਰਾਈ ਮਾਲ ਖੁਸ਼ਕ। ਠੀਕ ਹੈ, ਅਸੀਂ 1 ਕਨਾਲ ਤੋਂ ਮਲਟੀਪਲਾਈ ਕੀਤਾ। ਠੀਕ ਹੈ, 1 ਕਨਾਲ ਦਾ ਤੁਸੀਂ ਸੀਡ 100 kg ਲਿਆ, ਉਹ ਵੀ ਖੁਸ਼ਕ ਲਿਆ, ਔਰ 1 ਕਨਾਲ 2018 ਦੇ ਵਿੱਚ ਤੁਸੀਂ ਲਾਈ? ਬਿਲਕੁਲ ਸਰ, 2018 'ਚ ਅਸੀਂ ਇਹਨੂੰ ਮਲਟੀਪਲਾਈ ਕੀਤਾ। ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ। ਅਤੇ ਜਦੋਂ ਤੁਸੀਂ 1 ਕਨਾਲ 2018 ਦੇ ਵਿੱਚ ਲਾਈ, ਉਹਦਾ ਤੁਹਾਨੂੰ ਕੀ ਰਿਜ਼ਲਟ ਮਿਲਿਆ ਸੀ, ਆਊਟਪੁੱਟ ਕਿਤਨੀ ਹੋਈ? ਸਰ ਉਸ ਟਾਈਮ ਅਸੀਂ 1 ਕਨਾਲ ਤੋਂ ਇਹਦਾ ਡਰਾਈ ਮਾਲ ਅਸੀਂ ਲਿਆ ਸੀ ਤਕਰੀਬਨ 1 ਟਨ। 1 ਏਕੜ ਦਾ ਸੀਡ ਸਾਡਾ ਤਿਆਰ ਹੋ ਗਿਆ ਸੀ, ਅਸੀਂ ਅਗਰ 48 ਇੰਚ ਦੇ ਬੈਡ 'ਤੇ ਲਾਉਣਾ ਚਾਹੀਏ, 18 ਇੰਚ ਦਾ 48 ਇੰਚ ਦਾ ਬੈਡ ਸੀ। ਠੀਕ ਹੈ, 1 ਟਨ ਸਾਡਾ ਮਾਲ ਇਹਦੀ ਐਵਰੇਜ ਆਈ ਸੀ ਸਾਡੀ, ਰੈਸ਼ ਉਸਨੂੰ ਤੁਸੀਂ 4 ਗੁਣਾ ਜ਼ਿਆਦਾ ਕਰ ਲਓ। ਠੀਕ ਹੋ ਗਿਆ, ਜ਼ਬਰਦਸਤ। ਅੱਛਾ, 2018 ਤੋਂ ਬਾਅਦ ਵਾਰੀ ਆ ਗਈ 2019। 2018 ਦਾ ਜਿਹੜਾ ਤਜਰਬਾ ਹੈ ਉਹ ਤੁਹਾਡਾ ਬੜਾ ਜ਼ਬਰਦਸਤ ਰਿਹਾ, ਤੁਸੀਂ ਕਹਿ ਰਹੇ ਸੋ, ਉਹ ਤਜਰਬਾ ਵੀ ਸ਼ੇਅਰ ਕਰੋ, ਫਿਰ 2019 ਦੇ ਵਿੱਚ ਕਿਤਨਾ ਲਾਇਆ ਉਹ ਵੀ ਦੱਸੋ। ਸਰ 2018 ਤੋਂ ਬਾਅਦ ਅਸੀਂ 1 ਟਨ ਮਾਲ ਲਿਆ, ਉਸ ਤੋਂ ਬਾਅਦ ਅਸੀਂ ਬਾਕੀ ਮਾਲ 1 ਟਨ ਤੋਂ ਅਸੀਂ 1 ਏਕੜ
ਅਸੀਂ ਖੁਦ ਕਾਸ਼ ਕਰ ਲਿਆ ਸੀ, ਬਾਕੀ ਮਾਲ ਅਸੀਂ ਸੇਲ ਕਰ ਦਿੱਤਾ ਸੀ ਕੁਛ ਦੋਸਤਾਂ ਨੂੰ, ਜਿਹੜੇ ਇਰਦ ਗਿਰਦ ਦੇ ਦੋਸਤ ਸੀ ਸਾਡੇ ਤਲਕ ਵਾਲੇ ਸੀ, ਉਹਨਾਂ ਨੇ ਮਜਬੂਰ ਕੀਤਾ ਕਿ ਸਾਨੂੰ ਇਹਦਾ ਗਿਫਟ ਕਰੋ, ਅਸੀਂ ਉਹਨਾਂ ਨੂੰ ਕੁਛ ਗਿਫਟ ਕਰ ਦਿੱਤਾ ਸੀ। ਠੀਕ ਹੋ ਗਿਆ ਜ਼ਬਰਦਸਤ। 2020 ਵਿੱਚ ਤੁਹਾਨੂੰ ਕੀ ਫੀਲ ਹੋਇਆ ਕਿ ਇਹ ਤੁਹਾਨੂੰ ਮਜ਼ੀਦ ਕਿਤਨਾ ਹੋਰ ਕਾਸ਼ ਕਰਨਾ ਚਾਹੀਦਾ ਔਰ ਕਿਤਨਾ ਤੁਹਾਨੂੰ ਪ੍ਰੋਫਿਟ ਹੋਇਆ ਸੀ ਉਸ ਟਾਈਮ? ਸਰ ਉਸ ਤੋਂ ਬਾਅਦ ਕਾਫੀ ਸਾਰੀ ਸਾਡੀ, ਮੈਨੂੰ ਦੱਸਿਆ ਕਿ 2 to 2.5 crore ਫੀ ਏਕੜ ਦੀ ਆਮਦਨ ਹੈ ਪਿਛਲੇ ਸਾਲ। ਜੈਸੇ ਕਿ 2022 ਗੁਜ਼ਰ ਚੁੱਕਿਆ, ਇਸ ਦੇ ਵਿੱਚ ਲੋਕਾਂ ਨੇ ਸਰ 1 acre ਤੋਂ 6-6 crore ਰੁਪਏ ਵੀ ਕਮਾਇਆ, ਕਿਉਂਕਿ ਇਹਦਾ ਬੀਜ ਬਹੁਤ ਮਹਿੰਗਾ ਹੈ। ਹਰ ਫਾਰਮਰ ਇਸਨੂੰ ਕਮੋ ਪੇਸ਼ 1 acre ਤੋਂ ਵੀ ਸਟਾਰਟ ਲੈਣਾ ਚਾਹੀਦਾ। ਅਗਰ ਕੋਈ ਜ਼ਿਆਦਾ ਜਿਸਦੀ ਗੁੰਜਾਇਸ਼ ਹੈ, ਇਨਵੈਸਟਮੈਂਟ ਕਰ ਸਕਦੇ ਹਨ, ਤਾਂ ਜ਼ਿਆਦਾ ਤੋਂ ਕਰੋ 1 acre ਤੋਂ ਕਰੋ। ਅਗਰ ਨਹੀਂ ਤਾਂ 1 acre ਤੋਂ ਜ਼ਰੂਰ ਇਸਨੂੰ ਤੁਸੀਂ ਅਪਲਾਈ ਕਰੋ, 1 acre ਤੋਂ ਤੁਸੀਂ ਮਲਟੀਪਲਾਈ ਕਰਕੇ ਅੱਗੇ ਆਪਣਾ ਬੀਜ ਵਧਾ ਸਕਦੇ ਹੋ। ਠੀਕ ਹੈ, ਮਾਸ਼ਾਅੱਲਾ ਜ਼ਬਰਦਸਤ। ਤੁਸੀਂ 2018 ਤੋਂ ਬਾਅਦ 2019